نو ریکارڈ دوستو میں ہاں ਤੁਹਾਡਾ دوست منو ਮੋੜ ਤੇ ਇਸ ویڈیو ਵਿੱਚ এনवायरमेंट इशू ਦੇ ਰਿਗਾਰਡਿੰਗ ਪੀਵੀਐਸ ਹਿਅਰਸ ਵਿੱਚ ਜਿਹੜੇ ਬੀਕਵੈਸ਼ਨਸ ਆਏ ਨੇ ਐਗਜ਼ਾਮਸ ਵਿੱਚ ਉਹ ਸਾਰੇ ਕਵਰ ਕੀਤੇ ਹੋਏ ਨੇ ਕਾਫੀ ਇੰਪੋਰਟੈਂਟ ਕੁਐਸਚਨ ਹੈ ਤੇ ਐਗਜ਼ਾਮ ਦੇ ਪੁਆਇੰਟ ਆਫ 뷰 ਨਾਲ ਕਾਫੀ ਬਾਰੇ ਹੀ ਰਿਪੀਟ ਵੀ ਹੋ ਚੁੱਕੇ ਨੇ ਤਾਂ ਵਰਗੇ ਵੀਡੀਓ ਨੂੰ ਧਿਆਨ ਨਾਲ ਦੇਖਣੋ ਐਂਡ ਰਾਈਟ ਡਾਊਨ ਫੂਲ ਕਰ ਲੋ ਐਂਡ ਇੱਕ ਗੱਲ ਹੋਰ ਜੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਲੋ ਆਹ ਹੁਣ ਅੱਜ ਦੀ ਕਲਾਸ ਸਟਾਰਟ ਕਰੀਏ ਸਭ ਤੋਂ ਪਹਿਲਾਂ ਵਾਤਾਵਰਣ ਦੀ ਆਪਾਂ ਇੱਕ ਐਗਜ਼ਾਮਪਲ ਸਮਝ ਲੈਣੀ ਕਿਉਂਕਿ ਕਾਫੀ ਵਾਰ ਐਗਜ਼ਾਮ ਵਿੱਚ ਹੈ ਤਾਂ ਬਸ ਇਜ਼ੀ ਡੈਕਟ ਪੁੱਛਿਆ ਜਾਂਦਾ ਹੈ ਕਿ এনवायरमेंट ਦੀ ਕੋਈ ਐਗਜ਼ਾਮਪਲ ਦਿਓ ਠੀਕ ਹੈ ਤੇ ਵਾਤਾਵਰਣ ਦੀ ਐਗਜ਼ਾਮਪਲ ਦੀ ਗੱਲ ਕਰੀਏ ਵਾਤਾਵਰਣ ਜੀਵਿਤ ਅਤੇ ਨਰਜੀਵ ਹਿੱਸਿਆਂ ਦਾ ਇੱਕ ਸੰਗ੍ਰਹਿ ਹੈ ਸਿੰਪਲ ਜੀ ਐਗਜ਼ਾਮਪਲ ਹੈ ਮੇਨ ਪੁਆਇੰਟ ਤੁਸੀਂ ਇਹ ਯਾਦ ਰੱਖਿਓ ਵਾਤਾਵਰਣ ਵਿੱਚ ਕੀ ਹੈ ਜੈਵਿਕ ਅਤੇ ਅਜੈਵਿਕ ਜੀਵ ਹੁੰਦੇ ਨੇ ਠੀਕ ਹੈ ਉਹਨਾਂ ਦਾ ਸੁਮੇਲ ਨੂੰ ਆਪਾਂ ਮਾਤਵਰਣ ਦੇ ਨਾਮ ਨਾਲ ਜਾਣਦੇ ਹਾਂ ਠੀਕ ਹੈ ਬਾਕੀ ਐਜ਼ ਇਟ ਇਜ਼ ਐਗਜ਼ਾਮਪਲ ਤੁਸੀਂ ਲਿਖ ਲਓ ਇਗਜ਼ਾਮ ਵਿੱਚ ਕਈ ਵਾਰ ਪੁੱਛੀ ਜਾਂਦੀ ਹੈ ਠੀਕ ਹੈ ਏਹੁਣ ਆਪਾਂ ਕੁਐਸਚਨ ਨੰਬਰ 1 ਦੀ ਗੱਲ ਕਰੀਏ ਹਵਾ ਦੇ ਪ੍ਰਦੂਸ਼ਣ ਨਾਲ ਕੀ ਅਜਿਹਾ ਨਹੀਂ ਹੁੰਦਾ ਇੰਨਾ ਵਿੱਚੋਂ ਕਿਹੜਾ ਆਪਸ਼ਨ ਹੈ ਜਿਹੜਾ ਕਿ ਹਵਾ ਦੇ ਪ੍ਰਦੂਸ਼ਣ ਨਾਲ ਇਫੈਕਟ ਨਹੀਂ ਹੁੰਦਾ ਆਪਸ਼ਨ ਨੰਬਰ ਏ ਪੇਟ ਅਤੇ ਅੰਤੜੀਆਂ ਦੀ ਬਿਮਾਰੀ ਆਪਸ਼ਨ ਨੰਬਰ ਬੀ ਕੈਂਸਰ ਆਪਸ਼ਨ ਨੰਬਰ ਸੀ ਸਾਦੀ ਬਿਮਾਰੀ ਆਪਸ਼ਨ ਨੰਬਰ ਡੀ ਇਮਾਰਤਾਂ ਨੂੰ ਨੁਕਸਾਨ ਠੀਕ ਹੈ ਤਾਂ ਇਜ਼ ਦਾ ਰਾਈਟ ਆਨਸਰ ਕੀ ਹੋਵੇਗਾ ਜੇ ਤੁਹਾਨੂੰ ਪਤਾ ਹੈ ਤਾਂ ਵੀਡੀਓ ਵਿੱਚ ਕਮੈਂਟ ਕਰ ਦਿਓ ਤੇ ਚਲੋ ਫਟਾਫਟ ਇਜ਼ ਦਾ ਰਾਈਟ ਆਨਸਰ ਤੁਹਾਨੂੰ ਦੱਸ ਦੇਣਾ ਇਸ ਦਾ ਰਾਈਟ ਆਨਸਰ ਹੋਗਾ ਆਪਸ਼ਨ ਨੰਬਰ ਏ ਪੇਟ ਅਤੇ ਅੰਤੜੀਆਂ ਦੀ ਬਿਮਾਰੀ ਹਵਾ ਦੇ ਪ੍ਰਦੂਸ਼ਣ ਨਾਲ ਨਹੀਂ ਹੁੰਦੀ ਠੀਕ ਹੈ ਇਸ ਤੋਂ ਇਲਾਵਾ ਕੈਂਸਰ ਦੀ ਪ੍ਰੋਬਲਮ ਵੀ ਹਵਾ ਦੇ ਪ੍ਰਦੂਸ਼ਣ ਕਰਕੇ ਹੋ ਜਾਂਦੀ ਹੈ ਸਾਦੀ ਬਿਮਾਰੀ ਵੀ ਹੋ ਜਾਂਦੀ ਹੈ ਤੇ ਜੇ ਕਾਫੀ ਤੇਜ਼ ਹਵਾ ਚੱਲੇ ਤਾਂ ਇਮਾਰਤਾਂ ਨੂੰ ਨੁਕਸਾਨ ਵੀ ਪਹੁੰਚ ਜਾਂਦਾ ਠੀਕ ਹੈ ਕੁਐਸਚਨ ਨੰਬਰ 2 ਦੀ ਗੱਲ ਕਰੀਏ ਹਿੱਟ ਲਿਖਿਆ ਹੇਠ ਲਿਖਿਆਂ ਵਿੱਚ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਵਿੱਚੋਂ ਕਿਹੜੀ ਬਿਮਾਰੀ ਲਈ ਪਾਣੀ ਦੇ ਸਿੱਧੇ ਸੰਪਰਕ ਵਿੱਚ ਓਮ ਦੀ ਲੋਡ ਨਹੀਂ ਹੁੰਦੀ ਸਕੋ ਫੈਲਣ ਲਈ ਮੇਜ਼ਬਾਨ ਦੀ ਜਾਂ ਇਨਜੈਕਟਰ ਦੀ ਲੋਡ ਕਹਿੰਦੀ ਹੈ ਠੀਕ ਆ ਪਾਣੀ ਤੋਂ ਹੋਣ ਵਾਲੀਆਂ ਬਿਮਾਰੀਆਂ ਦੀ ਗੱਲ ਹੋ ਰਹੀ ਹੈ ਇੱਥੇ ਤਾਂ ਇਸ ਦਾ ਰਾਈਟ ਆਨਸਰ ਚਲੋ ਮੈਂ ਆਪਸ਼ਨ ਨਹੀਂ ਬਾਰ-ਬਾਰ ਰਿਪੀਟ ਕਰਦਾ ਸਿੱਧਾ ਤੁਹਾਨੂੰ ਆਨਸਰ ਹੀ ਦੱਸ ਦਿੰਦਾ ਠੀਕ ਆ ਤੇ ਇਸ ਦਾ ਰਾਈਟ ਆਨਸਰ ਹੋਵੇ ਆਪਸ਼ਨ ਨੰਬਰ ਵੀ ਮਲੇਰੀਆ ਮਲੇਰੀਆ ਹੈ ਜਿਹੜਾ ਕਿ ਮੱਛਰ ਦੇ ਥਰੂ ਹੁੰਦਾ ਸਭ ਨੂੰ ਪਤਾ ਹੀ ਠੀਕ ਆ ਇਸ ਤੋਂ ਬਾਅਦ ਕੁਐਸਚਨ ਨੰਬਰ 13 ਦੀ ਗੱਲ ਕਰੀਏ ਧੁਨੀ ਪ੍ਰਦੂਸ਼ਣ ਉਦੋਂ ਪੈਦਾ ਹੁੰਦੀ ਹੈ ਜਦੋਂ ਧੁਨੀ ਤਰੰਗ ਡੈਸ਼ ਤੋਂ ਵੱਧ ਜਾਂਦੀਆਂ ਹਨ ਇੱਥੇ ਯਾਦ ਰੱਖਿਓ ਧੁਨੀ ਪ੍ਰਦੂਸ਼ਣ ਦੀ ਗੱਲ ਹੋ ਰਹੀ ਹੈ ਠੀਕ ਹੈ ਕਨਫਿਊਜ਼ਨ ਹੋਵੇ ਧੁਨੀ ਪ੍ਰਦੂਸ਼ਣ ਕਦੋਂ ਹੁੰਦਾ ਜਦੋਂ ਜਿਹੜੀ ਵੀ ਸਾਊਂਡ ਹੈ ਨਾ ਉਸਦੀ ਆਵਾਜ਼ 30 ਤੋਂ 40 ਡੈਸੀਬਲ ਤੋਂ ਉੱਪਰ ਹੋ ਜੇ 30 40 ਡੈਸੀਬਲ ਤੋਂ ਉੱਪਰ ਹੋ ਜੇ ਤਾਂ ਉਹ ਧੁਨੀ ਪ੍ਰਦੂਸ਼ਣ ਦੀ ਕੈਟਾਗਰੀ ਵਿੱਚ ਆਉਂਦੇ ਹੈ ਠੀਕ ਹੈ ਸਵਾਦ ਕੁਐਸਚਨ ਨੰਬਰ 4 ਦੀ ਗੱਲ ਕਰੀਏ ਵੈਰੀ ਇੰਪੋਰਟੈਂਟ ਕੁਐਸਚਨ ਐ ਐਗਜ਼ਾਮ ਵਿੱਚ ਰਿਪੀਟ ਹੋ ਚੁੱਕਿਆ ਹੈ ਇਹ ਕੁਐਸਚਨ ਯਾਦ ਰੱਖਿਓ 오ਜ਼ੋਨ ਦੀ ਕਮੀ ਦੇ ਵਿਸ਼ਵ ਵਿਆਪੀ ਵਾਤਾਵਰਣਕ ਮੁੱਦੇ ਦੇ ਨਿਕਾਸ ਲਈ ਹਨ ਇਹਨਾਂ ਵਿੱਚ ਕੀ ਹੈ 오ਜ਼ੋਨ ਪਰਤ ਤੁਹਾਨੂੰ ਪਤਾ ਹੈ ਆਪਣੀ ਵੀਕ ਹੁੰਦੀ ਜਾ ਰਹੀ ਹੈ ਕਮਜ਼ੋਰ ਹੁੰਦੀ ਜਾ ਰਹੀ ਹੈ ਤਾਂ ਆਲ ਵਰਲਡ ਨੇ ਵਾਤਾਵਰਣ ਦੇ ਮੁੱਦੇ ਨੂੰ ਓਕੇ ਕਰਨ ਵਾਸਤੇ ਠੀਕ ਕਰਨ ਵਾਸਤੇ ਇੱਕ ਗੈਸ 오ਜ਼ੋਨ ਪਰਤ ਵਿੱਚ ਭੇਜਣ ਦਾ ਨਿਰਣੈ ਲਿੱਤਾ ਠੀਕ ਹੈ ਤਾਂ ਉਹ ਕਿਹੜੀ ਗੈਸ ਹੈ क्लोरीन युक्त हाइड्रोकार्बन ठीक है इधर राइट आंसर होगा ऑप्शन नंबर बी इज द राइट आंसर हो जावे क्लोरी है क्लोरीन युक्त हाइड्रोकार्बन इसके बाद क्वेश्चन नंबर 5 दी गल करिए ओजोन दी परत ਧਰਤੀ ਤੋਂ डैश किलोमीटर ਦੇ ਵਿਚਕਾਰ স্ট্রੈਟੋਸਫੀਅਰ ਪਰਤ ਵਿੱਚ ਬੈਠਦੀ ਹੈ देखो ਇਹ ਤੁਹਾਨੂੰ ਪਤਾ ਹੋਵੇਗੀ ਪੰਜ ਪਰਤਾਂ ਹੁੰਦੀਆਂ ਨੇ ਜਿਵੇਂ ਜਿਵੇਂ ਇਹ ਧਰਤੀ ਆ ਉੱਪਰ ਨੂੰ ਜਾਂਦੇ ਆ ਤਾਂ ਇੱਥੇ ਆਪਣੀ ਪੰਜ ਪਰਤਾਂ ਹੁੰਦੀਆਂ ਨੇ ਸਭ ਤੋਂ ਪਹਿਲੀ ਹੁੰਦੀ ਹੈ স্ট্রੈਟੋਸਫੀਅਰ Troposphere ਮਿਜ਼ੋਸਫੀਅਰ ਠੀਕ ਹੈ ਇਸ ਤਰ੍ਹਾਂ ਇੱਕ ਹੋਰ ਹੁੰਦੀ ਹੈ ਆਈ ਥਿੰਕ ਨਾਮ ਨਹੀਂ ਮੈਨੂੰ ਯਾਦ ਆ ਰਿਹਾ ਚਲੋ ਇਹ ਪੰਜ ਪਰਤਾਂ ਹੁੰਦੀਆਂ ਠੀਕ ਹੈ ਪਹਿਲੀ ਪਰਤ ਕਿਹੜੀ ਹੁੰਦੀ ਹੈ ਸਟੈਟੋਸਫੀਅਰ ਹੁੰਦੀ ਹੈ ਠੀਕ ਹੈ ਇਹ ਕਿੰਨੀ ਦੂਰੀ ਤੇ ਹੁੰਦੀ ਹੈ ਜੇ ਆਪਾਂ ਧਰਤੀ ਤੋਂ 15 ਤੋਂ 30 ਕਿਲੋਮੀਟਰ ਉੱਪਰ ਜਾਵਾਂਗੇ ਤਾਂ ਇੱਥੇ ਸਟੈਟੋਸਫੀਅਰ ਪਰਤ ਮਿਲਦੀ ਹੈ ਠੀਕ ਹੈ ਇਹ ਚੀਜ਼ ਯਾਦ ਰੱਖਿਓ ਇੱਥੇ ਹੀ ਇਸ ਪਰਤ ਵਿੱਚ ਸਟੈਟੋਸਫੀਅਰ ਪਰਤ ਵਿੱਚ ਹੀ ਉਹ ਜੋਨ ਪਰਤ ਹੁੰਦੀ ਆ ਆਪਣੀ ਠੀਕ ਹੈ ਸਹੀ ਜੀ ਜਿਹੜੀ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ B ਇਸ ਦਾ ਰਾਈਟ ਆਨਸਰ ਹੋ ਜਾਵੇਗਾ 30 ਤੋਂ 15 ਤੋਂ ਲੈ ਕੇ 30 ਕਿਲੋਮੀਟਰ ਦੇ ਜਿਹੜੀ ਲੈਂਥ ਵਿੱਚ ਹੈ ਸਟੈਟੋਸਫੇਅਰ ਸਟਾਰਟ ਹੁੰਦੇ ਆ ਸਟੈਟੋਸਫੇਅਰ ਵਿੱਚ ਹੀ ਓਜ਼ੋਨ ਪਰਤ ਆਪਾਂ ਨੂੰ ਮਿਲਦੀ ਹੈ ਠੀਕ ਹੈ ਕੁਐਸਚਨ ਨੰਬਰ 6 ਦੀ ਗੱਲ ਕਰੀਏ ਸ਼ੁੱਧ ਸੋਰੀ ਅਸ਼ੁੱਧ ਤੇ ਸ਼ੁੱਧ ਪਾਣੀ ਉਬਾਲਣ ਬਿੰਦੂ ਦੀ ਤੁਲਨਾ ਠੀਕ ਹੈ ਇੱਥੇ ਕੀ ਕੁਐਸਚਨ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਥੋੜਾ ਜਿਹਾ ਸ਼ੁੱਧ ਪਾਣੀ ਦੇ ਸ਼ੁੱਧ ਪਾਣੀ ਉਬਲਣ ਲਈ ਬਿੰਦੂ ਦੀ ਤੁਲਨਾ ਕੀ ਹੈ ਮਤਲਬ ਕਿ ਜੇ ਸ਼ੁੱਧ ਪਾਣੀ ਨੂੰ ਆਪਾਂ ਉਬਾਲਦੇ ਆ ਮਤਲਬ ਜੋ ਗੰਦਾ ਪਾਣੀ ਹੈ ਉਹਨੂੰ ਉਬਾਲਦੇ ਆ ਤਾਂ ਉਸਦੇ ਸ਼ੁੱਧ ਹੋਣ ਤੇ ਵੀ ਕਿਹੜੇ ਬਿੰਦੂ ਤੇ ਇਹ ਸ਼ੁੱਧ ਹੁੰਦਾ ਮਤਲਬ ਇਨਕਰੀਜ਼ ਹੁੰਦਾ ਹੈ ਜਾਂ ਡਿਕਰੀਜ਼ ਹੁੰਦਾ ਠੀਕ ਹੈ ਤਾਂ ਇਸ ਦਾ ਰਾਈਟ ਆਨਸਰ ਹੋਵੇ অপਸ਼ਨ ਅ ਬੀ ਇਨਕਰੀਜ਼ ਹੋ ਜਾਏਗੀ ਇਸ ਦੀ ਸ਼ੁੱਧਤਾ ਵਧਦੀ ਜਾਵੇਗੀ ਠੀਕ ਹੈ ਇਸ ਫਾਟ ਕੁਐਸਚਨ ਨੰਬਰ 7 ਦੀ ਗੱਲ ਕਰੀਏ ਆਵਾਜ਼ ਪ੍ਰਦੂਸ਼ਣ ਉਦੋਂ ਪੈਦਾ ਹੁੰਦਾ ਹੈ ਜੇ ਤੁਨੀ ਇਸ ਤੋਂ ਵੱਧ ਹੋਵੇ ਦੇਖੋ ਉੱਥੇ ਪਿੱਛੇ ਸੀਗੀ ਜਸਟ ਆਪਾਂ ਇੰਟਰ ਦੀ ਗੱਲ ਹੋਈ ਸੀ ਕਿ ਜਿਹੜਾ ਸਾਊਂਡ ਪੋਲੂਸ਼ਨ ਕਿੱਥੋਂ ਸਟਾਰਟ ਹੋ ਜਾਂਦਾ ਹੈ ਠੀਕ ਹੈ ਇਹ ਉਦੋਂ ਪੈਦਾ ਹੁੰਦਾ ਜੇ ਇਸ ਤੋਂ ਵੱਧ ਹੋਵੇ ਆਵਾਜ਼ ਪ੍ਰਦੂਸ਼ਣ ਤਾਂ ਇਸੇ ਯਾਦ ਰੱਖਿਓ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੋਵੇਗਾ 80 ਤੋਂ 90 ਡੈਸੀਬਲ ਠੀਕ ਹੈ ਆਪਸ਼ਨ ਨੰਬਰ ਸੀ ਇਜ਼ ਦਾ ਰਾਈਟ ਆਨਸਰ ਹੋ ਜਾਵੇਗਾ ਤੇ ਇਗਜ਼ਾਮ ਵਿੱਚ ਕਿੰਨੀ ਵਾਰ ਪੁੱਛਿਆ ਜਾਂਦਾ ਹੈ ਸਾਊਂਡ ਨੂੰ ਕਿਹੜੀ ਇਕਾਈ ਵਿੱਚ ਮਾਪਿਆ ਜਾਂਦਾ ਹੈ ਤਾਂ ਡੈਸੀਬਲ ਤੁਸੀਂ ਯਾਦ ਰੱਖਿਓ ਤੇ ਇਸ ਨੂੰ ਜੇ ਛੋਟ ਵਿੱਚ ਲਿਖਣਾ ਹੋਵੇ ਤਾਂ ਡੀ ਛੋਟੀ ਡੀ ਹੁੰਦੀ ਹੈ ਤੇ ਵੱਡੀ ਬੀ ਓਕੇ ਇਗਜ਼ਾਮ ਵਿੱਚ ਕਈ ਵਾਰ ਕੁਮਾਫਰਾ ਕੇ ਕੁਐਸਚਨ ਪੁੱਛ ਲੈਂਦੇ ਨੇ ਫਿਕਰ ਤੇ ਕਿੰਬਰ ਨੋਇਸ ਪੋਲੂਸ਼ਨ ਇੱਕ ਹੋਰ ਮੇਨ ਐਡੀਸ਼ਨਲ ਇਨਫੋਰਮੇਸ਼ਨ ਤੁਸੀਂ ਰਾਈਟ ਕਰ ਲਓ ਨੋਇਸ ਪੋਲੂਸ਼ਨ ਕੰਟਰੋਲ ਬੋਰਡ ਹੈ ਜਿਹੜਾ ਹੈ ਨਾ ਰੈਗੂਲੇਸ਼ਨ ਰੂਲ 2000 ਵਿੱਚ ਬਣਾਇਆ ਸੀ ਤੇ ਇਸ ਦੇ ਅਕੋਰਡਿੰਗ ਜਿਹੜਾ ਇੰਡਸਟਰੀਅਲ ਏਰੀਆ ਉੱਥੇ ਇੱਕ ਜਿਹੜੀ ਆਵਾਜ਼ ਦੀ ਪ੍ਰਦੂਸ਼ਣ ਦੀ ਫ੍ਰੀਕੁਐਂਸੀ ਸੈੱਟ ਕੀਤੀ ਗਿਆ 20 ਤੋਂ ਜ਼ਿਆਦਾ ਆਵਾਜ਼ ਨਹੀਂ ਹੋਣੀ ਚਾਹੀਦੀ ਤਾਂ ਕਿੰਨੀ ਹੈ ਇੰਡਸਟਰੀਅਲ ਏਰੀਆ ਵਿੱਚ ਕਿੰਨੀ ਹੈ 70 ਤੋਂ 75 ਡੀਬੀ ਤੇ ਕਮਰਸ਼ੀਅਲ ਏਰੀਆ ਵਿੱਚ ਕਿੰਨੀ ਹੈ 52 ਤੋਂ 55 ਡੀਬੀ ਤੇ ਇਸ ਤੋਂ ਇਲਾਵਾ ਰੈ residențial ایریا ਵਿੱਚ ਕਿੰਨੀ ਹੈ 45 ਤੋਂ 55 ਡੀਬੀ ਠੀਕ ਹੈ ਤੇ ਇਸ ਤੋਂ ਸਾਇਲੈਂਸ ਜ਼ੋਨ ਵਿੱਚ ਕਿੰਨੀ ਹੈ 40 ਤੋਂ 50 ਡੀਬੀ ਠੀਕ ਹੈ ਇਸ ਤੋਂ ਇਲਾਵਾ ਹੋਰ ਐਡ ਕਰ ਲੋ ਇੱਥੇ ਇਹਨਾਂ ਨੇ ਕੀ ਲਿਖਿਆ ਹੈ ਨੌਇਸ ਗ੍ਰੇਟਰ ਦੈਨ 75 ਡੀਬੀ ਕੌਜ਼ ਆਫ ਹੈਰਿੰਗ ਡੈਮੇਜ ਮਤਲਬ ਜੇ ਆਪਾਂ 75 ਡੀਬੀ ਤੋਂ ਉੱਪਰ ਦੀ ਆਵਾਜ਼ ਸੁਣਦੇ ਆ ਹਨ ਤਾਂ ਆਪਣੇ ਕੰਨਾਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਐਗਜ਼ਾਮ ਵਿੱਚ ਇਹ ਪੋਰਟ ਪੁੱਛਿਆ ਜਾ ਸਕਦਾ ਹੈ ਕਿ ਕਿੰਨੇ ਡੈਸੀਬਲ ਆਵਾਜ਼ ਤੇ ਕੰਨ ਨੂੰ ਨੁਕਸਾਨ ਪਹੁੰਚ ਜਾ ਸਕਦਾ ਹੈ ਤਾਂ 75 ਡੈਸੀਬਲ ਤੁਸੀਂ ਯਾਦ ਰੱਖਿਓ ਇਸ ਤੋਂ ਲਾਵਾ ਗ੍ਰੇਟਰ ਦੈਨ 100 dB ਜੇ 120 ਡੈਸੀਬਲ ਤੋਂ ਜ਼ਿਆਦਾ ਹੈ ਤਾਂ ਜਿਹੜੀ ਆਪਣੀ ਬੋਡੀ ਹੈ ਉਸ ਨੂੰ ਬਾਇਓਕੇਮਿਕਲ ਚੇਂਜਸ ਆਨੇ ਸਟਾਰਟ ਹੋ ਸਕਦੇ ਠੀਕ ਹੈ ਇਹ ਪੁਆਇੰਟ ਵੀ ਤੁਸੀਂ ਯਾਦ ਰੱਖਿਓ ਇਗਜ਼ਾਮ ਦੇ ਪੁਆਇੰਟ ਆ ਬੀ ਨਾਲ ਕਾਫੀ ਇੰਪੋਰਟੈਂਟ ਅਗੇਨ ਸੀਰੀਅਲ ਰਿਪੀਟ ਹੋਗੀ ਚਲੋ ਸੌਰੀ ਇਹ ਕੁਐਸਚਨ ਨੰਬਰ 8 ਹੈ ਇਹ ਕੁਐਸਚਨ ਨੰਬਰ 8 ਦੀ ਗੱਲ ਕਰੀਏ ਡੈਸ਼ ਹਰਟਜ਼ ਦੇ ਵਿਚਕਾਰ ਦੀ ਬਾਰਮਤਾ ਸੀਮਾ ਮਨੁੱਖੀ ਕੰਨ ਵਾਸਤੇ ਸੁਣਨ ਯੋਗ ਸੀਮਾ ਹੈ ਮਤਲਬ ਕਿੰਨੇ ਹਰਟਜ਼ ਤੱਕ ਮਨੁੱਖੀ ਕੰਨ ਸੁਣ ਸਕਦਾ ਹੈ ਠੀਕ ਹੈ ਇਸ ਦਾ ਰਾਈਟ ਆਨਸਰ ਹੈਗਾ ਆਪਸ਼ਨ ਨੰਬਰ A B ਤੋਂ ਲੈ ਕੇ 2 ਸੋਰੀ B ਤੋਂ ਲੈ ਕੇ 20000 ਹਰਟਜ਼ ਤੱਕ ਦੀ ਜਿਹੜੀ ਫ੍ਰੀਕੁਐਂਸੀ ਹੈ ਮੇਜਾ ਬਾਰੰਬਤਾ ਹੈ ਉਹ ਮਨੁੱਖੀ ਕੰਨ ਦੇ ਸੁਣਨ ਯੋਗ ਹੈ ਠੀਕ ਹੈ ਕੁਐਸਚਨ ਨੰਬਰ 9 ਦੀ ਗੱਲ ਕਰੀਏ ਇਹ ਕੁਐਸਚਨ ਨੰਬਰ 9 ਹੈ ਪਟਾਕੇ ਆਮ ਤੌਰ ਤੇ ਲਗਭਗ ਡੈਸ਼ डीवी ਦਾ ਸ਼ੋਰ ਪੈਦਾ ਕਰਦੇ ਨੇ ਕਿੰਨਾ ਡੈਸੀਬਲ ਦਾ ਸਾਊਂਡ ਪੈਦਾ ਕਰਦਾ ਇੱਕ ਪਟਾਕਾ ਫੁੱਟਦਾ ਹੈ ਤਾਂ অপশন on b ਇਸ ਦਾ রাইਟ ਆਨਸਰ ਹੋ ਜਾਏਗਾ 125 डीवी ਦਾ ਜਿਹੜਾ ਜਾਂ ਸ਼ੋਰ ਕਰਦਾ ਹੈ ਜਾਂ ਸ਼ੋਰ ਪ੍ਰਦੂਸ਼ਣ ਲਗਾ ਲਓ ਹਨ ਇਸ ਤੋਂ ਇਲਾਵਾ ਕੁਐਸਚਨ ਨੰਬਰ 9 ਦੀ ਗੱਲ ਕਰੀ 10 ਕੁਐਸਚਨ ਨੰਬਰ 10 ਦੀ ਗੱਲ ਕਰੀਏ ਇਹ 10 ਕੁਐਸਚਨ ਹੈ ਜੋਨ 6 ਇਸ ਸਮੇਂ ਵਿਦੇਸ਼ਪਾਸਤ ਹੁੰਦੀ ਹੈ ਮਤਲਬ ਕਿ ਜਦੋਂ ਓਜ਼ੋਨ ਵਿੱਚ ਹੋਲਸ ਹੋ ਰਹੇ ਨੇ ਹਨ ਉਹ ਕਿਹੜੇ ਹਾਂ ਤੇ ਜਿਆਦਾ ਦਿਖਾਈ ਦਿੰਦੇ ਨੇ ਕੁਐਸਚਨ ਇਹ ਪੁੱਛਿਆ ਗਿਆ ਤੇ ਯਾਦ ਰੱਖਿਓ ਪੋਲਸ ਸਾਊਥ ਤੇ ਨਾਰਥ ਪੋਲਸ ਨੇ ਜਿਹੜੇ ਆਪਣੇ ਉਹਨਾਂ ਦੇ ਏਰੀਆ ਵਿੱਚ ਜਿਹੜੇ ਉਜੋਨ ਦੇ ਹੋਲਸ ਨੇ ਮੋਰੇ ਨੇ ਉਜੋਨ ਦੇ ਪਰਤ ਵਿੱਚ ਹਨ ਉਹ ਸਾਫ਼ ਦਿਖਾਈ ਦਿੰਦੇ ਨੇ ਓਕੇ ਕੁਐਸਚਨ ਨੰਬਰ 11 ਦੀ ਗੱਲ ਕਰੀਏ ਇਹ ਕੁਐਸਚਨ ਨੰਬਰ 11 ਹੈ ਠੀਕ ਹੈ ਯਾਦ ਰੱਖਿਓ ਕੁਐਸਚਨ ਨੰਬਰ 11 ਦੀ ਗੱਲ ਕਰੀਏ ਸਮੋਗ ਕੀ ਹੈ ਠੀਕ ਹੈ স্মੋਗ ਕੀ ਹੈ ਕਾਫੀ ਬਾਰ ਇਗਜ਼ਾਮ ਵਿੱਚ ਰਿਪੀਟ ਹੋਇਆ ਬੱਚੇ ਕਨਫਿਊਜ਼ ਹੁੰਦੇ ਨੇ ਹੋ ਜਾਂਦੇ ਨੇ ਇਸ ਕੀ স্মੋਗ ਆਖਿਰ ਹੈ ਕਿwidetilde ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋ ਆਪਸ਼ਨ ਨੰਬਰ ਸੀ ਤੁੰਦ ਅਤੇ ਧੂਏ ਦੇ স্মੇਲ ਤੋਂ ਬਣਿਆ ਬਣੀ ਚੀਜ਼ ਸਮੇਗ ਹੈ স্মੋਗ ਸURE স্মੋਗ ਹੈ ਓਕੇ ਅੱਗੇ ਚਲਣ ਤੋਂ ਪਹਿਲਾਂ ਦੋਸਤੋ ਜੇ ਤੁਹਾਨੂੰ ਵੀਡੀਓ ਬੈਨੇਫੀਸ਼ੀਅਲ ਲੱਗਦੀ ਹੈ ਤਾਂ ਪਲੀਜ਼ ਵੀਡੀਓ ਨੂੰ ਲਾਇਕ ਤੇ ਇੱਕ ਪੈਰਾ ਜਾਂ ਕਮੈਂਟ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਆ ਕਰੋ ਠੀਕ ਹੈ ਰਿਕਵੈਸਟ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 12 ਦੀ ਗੱਲ ਕਰੀਏ ਹੈ ਟੈਲੀਗ੍ਰਾਮ ਵਿੱਚ ਕਿਹੜਾ ਗ੍ਰੀਨ ਹਾਊਸ ਕਿਸ ਨਹੀਂ ਹੈ ਇਹ ਜਿਹੜਾ ਚਾਰ ਆਪਸ਼ਨ ਦਿੱਤੇ ਨੇ ਇਹਨਾਂ ਵਿੱਚੋਂ ਕਿਹੜੀ ਗੈਸ ਹੈ ਜਿਹੜੀ ਗ੍ਰੀਨ ਹਾਊਸ ਇਫੈਕਟ ਨਹੀਂ ਕਰਦੀ ਤਾਂ ਆਕਸੀਜਨ ਹੈ ਕਾਰਬਨ ਡਾਈਆਕਸਾਈਡ ਹੈ ਜਲਵਾਸਪ ਹੈ ਜਾਂ ਮੀਥੇਨ ਤਾਂ ਇਸ ਦਾ ਰਾਈਟ ਆਨਸਰ ਹੋਵੇਗਾ ਆਪਸ਼ਨ A ਆਕਸੀਜਨ ਤੁਹਾਨੂੰ ਤਾਂ ਆਕਸੀਜਨ ਆਪਣੇ ਸਰੀਰ ਲਈ ਕਾਫੀ ਜ਼ਰੂਰਤ ਦੀ ਚੀਜ਼ ਹੈ ਗੈਸ ਹੈ ਤਾਂ ਕਰਕੇ ਇਹ ਤਾਂ ਹੋਈ ਹੀ ਨਹੀਂ ਸਕਦੀ ਓਕੇ ਕੁਐਸਚਨ ਨੰਬਰ 13 ਦੀ ਗੱਲ ਕਰੀਏ ਕਿਓਟੋ ਪ੍ਰੋਟੋਕੋਲ ਬਰੀ ਇੰਪੋਰਟੈਂਟ ਕੁਐਸਚਨ ਐਗਜ਼ਾਮ ਵਿੱਚ ਬਹੁਤ ਵਾਰ ਰਿਪੀਟ ਹੁੰਦਾ ਹੈ ਇਹ ਕੁਐਸਚਨ ਤਾਂ ਕਰਕੇ ਯਾਦ ਰੱਖਿਓ ਕਿਓਟੋ ਪ੍ਰੋਟੋਕੋਲ ਕਿਸ ਨਾਲ ਸੰਬੰਧਿਤ ਹੈ ਤਾਂ ਯਾਦ ਰੱਖਿਓ ਕਿ ਕਯੋਟੋ ਕਯੋਟੋ ਪ੍ਰੋਟੋਕੋਲ ਹੈ ਜਿਹੜਾ ਹੈ ਗ੍ਰੀਨ ਹਾਊਸ ਗੈਸ ਨਾਲ ਸੰਬੰਧਿਤ ਹੈ ਤੇ ਕਯੋਟੋ ਕੀ ਹੈ ਇਹ ਇੱਕ ਕਈ ਆਪਣੇ ਏਸ਼ੀਅਨ ਦੇਸ਼ਾਂ ਦੀ ਇੱਕ ਮੀਟਿੰਗ ਹੁੰਦੀ ਹੈ ਕਿੱਥੇ ਹੁੰਦੀ ਹੈ ਕਯੋਟੋ ਵਿੱਚ ਹੁੰਦੀ ਹੈ ਸ਼ਹਿਰ ਦਾ ਨਾਮ ਹੈ ਇਹ ਜਾਪਾਨ ਦਾ ਸ਼ਹਿਰ ਹੈ ਠੀਕ ਹੈ ਜਾਪਾਨ ਦਾ ਸ਼ਹਿਰ ਹੈ ਯਾਦ ਰੱਖਿਓ ਇਹ ਚੀਜ਼ਾਂ ਵੀ ਇਸ ਤੋਂ ਬਾਅਦ ਕੁਐਸਚਨ ਨੰਬਰ 14 ਦੀ ਗੱਲ ਕਰੀਏ ਗਿੱਲੇ ਕਚਰੇ ਨੂੰ ਖਾਦ ਵਿੱਚ ਬਦਲਣ ਲਈ ਦੀ ਪ੍ਰਕਿਰਿਆ ਨੂੰ ਕੀ ਕਹਿੰਦੇ ਨੇ हाँ ईजी क्वेश्चन है सबू पता हो गया गिले जो जब खाद भी बनाने कंपोस्टिंग करनी पैंती right right ठीक बर, है इस बात क्वेश्चन नंबर पंद्रह की गल करिए वट डज यू एन एफ ट्रिपल सी स्टैंड फॉर यू एन एफ सी फुल फॉर्म इतने पूछी गई है तो इसी याद रखियो फुल फॉर्म ऑप्शन नंबर बी इज़ द राइट आंसर है यूनाइट नेशन फ्रेमवर्क कंजरवे ऑन क्लाइमेट चेंजेस ठीक है राइट आंसर है तो कई बार यू एन एफ सी का हैडकुआटर पूछा जाए कि इसका ਹੈਡਕੁਆਟਰ ਕਿੱਥੇ ਹੈ ਤਾਂ ਇਸ ਦਾ ਹੈਡਕੁਆਟਰ ਜਿਹੜਾ ਰਿਓ ਬ੍ਰਾਜ਼ੀਲ ਵਿੱਚ ਹੈ ਬ੍ਰਾਜ਼ੀਲ ਦਾ ਸ਼ਹਿਰ ਹੈ ਰਿਓ ਠੀਕ ਹੈ ਇੱਥੇ ਜਿੱਥਾ ਯੂ ਐਨ ਐਫ ਟ੍ਰਿਪਲ ਸੀ ਸੀ ਦਾ ਹੈਡਕੁਆਟਰ ਹੈ ਤੇ ਇਹ ਕਦੋਂ ਬਣੀ ਸੀ ਇਹ ਸੰਸਥਾ 1992 ਵਿੱਚ ਬਣੀ ਸੀ ਇਸ ਵਾਰ ਕੁਐਸਚਨ ਨੰਬਰ 16 ਦੀ ਗੱਲ ਕਰੀਏ ਡੈਸ਼ ਸਿੰਥੈਟਿਕ ਰਸਾਇਣ ਕੂ ਜੋਨ ਪਰਤ ਦੇ ਘਟਣ ਲਈ ਜ਼ਿੰਮੇਵਾਰ ਹੈ ਉਹ ਜੋਨ ਪਰਤ ਘਟਦੀ ਜਾ ਰਹੀ ਹੈ ਤਾਂ ਇਸ ਵਾਸਤੇ ਕਿਹੜਾ ਰਸਾਇਣ ਜ਼ਿੰਮੇਵਾਰ ਠੀਕ ਹੈ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ क्लोरोफ्लोरोकार्बोन ठीक है ਤੇ ਇਹ ਗੈਸ ਮੋਸਟਲੀ ਕਿੱਥੇ ਪਾਈ ਜਾਂਦੀ ਹੈ ਆਪਣੇ ਫਰਿੱਜਾਂ ਵਿੱਚ ਜਿਹੜੀ ਗੈਸ ਹੁੰਦੀ ਹੈ ਨਾ ਉਸ ਦੇ ਰਿਸਾਫ ਦੇ ਕਰਕੇ ਜਦੋਂ ਇਹ ਹਵਾ ਵਿੱਚ ਮਿਲਦੀ ਹੈ ਤੇ ਉੱਪਰ ਨੂੰ ਜਾਂਦੀ ਹੈ ਓਜ਼ੋਨ ਪਰਤ ਉੱਨੀ ਤਾਂ ਇਹ ਓਜ਼ੋਨ ਪਰਤ ਵਿੱਚ ਛੇਕ ਕਰਦੀ ਰਹਿੰਦੀ ਹੈ ਯਾਨੀ ਮੋਰੇ ਘਟਦੀ ਰਹਿੰਦੀ ਹੈ ਠੀਕ ਹੈ ਇਸ ਤੋਂ ਬਾਅਦ ਕੁਐਸਚਨ ਨੰਬਰ 17 ਦੀ ਗੱਲ ਕਰੀਏ ਪਾਣੀ ਦੇ ਪ੍ਰਦੂਸ਼ਣ ਦਾ ਇੱਕ ਕਾਰਨ ਤਾਂ ਇਹ ਈਜ਼ੀ ਕੁਐਸਚਨ ਹੈ ਤੁਸੀਂ ਦੱਸੋ ਪਾਣੀ ਕਿਵੇਂ ਪ੍ਰਦੂਸ਼ਿਤ ਹੁੰਦਾ ਹੈ ਆਪਸ਼ਨ ਨੰਬਰ A ਕੀਟਨਾਸਕ ਆਪਸ਼ਨ ਨੰਬਰ B ਮਨੁੱਖੀ ਸਰਗਰਮੀ ਆਪਸ਼ਨ ਨੰਬਰ ਸੀ ਆਬਾਦੀ ਵਿੱਚ ਵਾਧਾ ਤਾਂ ਇਸ ਦਾ ਜਿਹੜਾ ਰਾਈਟ ਆਨਸਰ ਹੋਵੇਗਾ ਆਪਸ਼ਨ ਨੰਬਰ ਡੀ ਇਹ ਸਾਰੇ ਰੀਜ਼ਨ ਨੇ ਜਿਸ ਦੇ ਕਾਰਨ ਪਾਣੀ ਪ੍ਰਦੂਸ਼ਿਤ ਹੁੰਦਾ ਹੈ